ਸਾਨੂੰ ਇਨਫੋਰਮੇਸ਼ਨ ਆਈ ਸੀ ਕੰਟਰੋਲ ਰੂਮ ਤੋਂ ਵੀ ਫੋਗਲ ਪੁਆਇੰਟ ਦੇ ਵਿੱਚ ਅੱਗ ਲੱਗੀ ਆ, ਅਤੇ ਨਾਲ ਦੀ ਨਾਲ ਅਸੀਂ ਡਿਊਟੀ ਅਫਸਰ ਭੇਜਿਆ, ਫਾਇਰ ਬ੍ਰਿਗੇਡ ਨੂੰ ਇਨਫੋਰਮ ਕੀਤਾ, ਫਾਇਰ ਬ੍ਰਿਗੇਡ ਨੇ ਨਾਲ ਦੀ ਨਾਲ 4 ਗੱਡੀਆਂ ਜਿਹੜੀਆਂ ਮੌਕੇ 'ਤੇ ਆ ਕੇ ਭੇਜਦੀਆਂ ਆ ਕੇ ਕੰਟਰੋਲ ਕਰ ਲਿਆ, ਆ ਕੇ ਦੇਖਿਆ ਗੋਦਾਮ ਆ ਇਹਨਾਂ ਦਾ ਚੋਪੜਾ ਸਾਹਿਬ ਦਾ, ਉੱਥੇ ਖਾਲੀ ਲੁੱਕ ਦੇ ਜਿਹੜੇ ਟਰੱਕ ਨੇ 4 ਖੜ੍ਹੇ ਸੀਗੇ, ਉਹਨਾਂ ਨੂੰ ਲੁੱਕ ਕੱਢਣ ਦੇ ਨਾਲ ਜਿਹੜੀ ਛੋਟੀ ਮੋਟੀ ਰਹਿੰਦ ਖੂੰਹਦ ਬਚ ਜਾਂਦੀ ਆ, ਕਿਸੇ ਤਰੀਕੇ ਨਾਲ ਬਾਹਰ ਕੱਢ ਰਹੇ ਸੀਗੇ, ਸਡਨਲੀ ਹੋਇਆ ਹੈ ਉਹਦੇ ਨਾਲ ਨੋਟ ਕੋਈ ਉਹ ਹੋਇਆ ਅਤੇ ਅੱਗ ਲੱਗ ਗਈ, 3-4 ਗੱਡੀਆਂ ਜਿਹੜੀਆਂ ਸੜ ਗਈਆਂ। ਉਹਦੇ ਮੁਤਾਬਕ ਅਸੀਂ ਦੇਖ ਰਹੇ ਹਾਂ ਵੀ ਕੋਈ ਇਹਦੇ 'ਚ ਕੋਈ ਮੈਲਾਫੈਟ ਤਾਂ ਨਹੀਂ, ਕੋਈ ਗੱਲਬਾਤ ਨਹੀਂ ਹੈਗੀ, ਕਿਉਂਕਿ ਨੇੜੇ CNG ਦਾ ਗੋਦਾਮ ਆ। ਨਹੀਂ, ਅੱਗ ਦਾ ਜੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ, ਕਿਉਂਕਿ ਸਾਨੂੰ ਪਤਾ ਲੱਗਾ ਵੀ ਉਹ ਜਿਹੜੇ ਉਹਦੇ 'ਚ ਰਹਿੰਦ ਖੂੰਹਦ ਲੁੱਕ ਦੀ ਟਰੱਕ ਦੇ ਵਿੱਚ ਹੁੰਦੀ ਆ ਜਿਹੜੀ, ਉਹਨੂੰ ਪੰਘਲਾ ਆ ਕੇ ਬਾਹਰ ਕੱਢਣ ਦੇ ਲਈ ਕੋਸ਼ਿਸ਼ ਕਰ ਰਹੇ ਸੀਗੇ ਜਿਹੜੇ ਰਿਲੇਟਡ ਬੰਦੇ ਨੇ। ਇਹ ਤਾਂ ਪਤਾ ਨਹੀਂ, ਵੈਰੀਫਾਈ ਕਰਾਂਗੇ ਵੀ ਲੀਗਲ ਆ ਅਨਲੀਗਲ ਆ, ਮਾਲਕਾਂ ਦੀ ਆਪਣੀ ਪ੍ਰੋਪਰਟੀ ਆ, ਉਹ ਟੈਟਲਮੈਂਟ ਆ ਉਹਨਾਂ ਦੀ, ਖਾਲੀ ਟਰੱਕ ਵਗੈਰਾ ਉਹ ਕਹਿੰਦੇ ਅਸੀਂ ਖੜਦੇ ਹਾਂ ਸਰ। ਅਸੀਂ ਕਾਰਵਾਈ ਕਰਦੇ ਹੋਏ ਜੇ ਹੋਈ ਜੇ ਕੋਈ ਨੈਗਲੀਜੈਂਸੀ ਗਏ ਦੀ ਸ਼ੋਅ ਹੋਈ ਜਾਂ ਇਲੀਗਲ ਹੋਇਆ ਤਾਂ ਕਾਰਵਾਈ ਕਰਾਂਗੇ, ਕਾਨੂੰਨ ਕਾਰਵਾਈ ਕਰਾਂਗੇ। ਇੱਕ ਬੰਦੇ ਦਾ ਪਤਾ ਲੱਗਾ ਵੀ ਉਹ ਝੁਲਸਿਆ ਟਰੱਕ ਕਾਰ ਇਸ ਗੋਦਾਮ ਦੇ ਵਿੱਚ ਖੜਾ ਕੇ ਜਾਂਦਾ ਸੀਗਾ, ਪਰ ਉਹਦਾ ਨਾਂ ਸਾਨੂੰ ਪ੍ਰੋਪਰ ਜੇ ਪਤਾ ਨਹੀਂ ਲੱਗ ਸਕਿਆ। ਹੋਸਪਿਟਲ ਸਾਡੀ ਟੀਮ ਗਈ ਆ, ਉਹ ਪਤਾ ਕਰ ਲਾਂਗੇ, ਜੋ ਹੋਇਆ ਜੇ ਕੋਈ ਕਹੇਗਾ ਉਸ ਮੁਤਾਬਕ ਕਾਰਵਾਈ ਕਰ ਦਾਂਗੇ। ਪੁਲਿਸ ਨੇ ਕਾਰਵਾਈ ਕੀਤੀ, ਅੱਗ ਬੁਝਵਾਈ ਨਾਲ ਹੋ ਕੇ ਜੀ ਪਬਲਿਕ ਨੂੰ ਕੰਟਰੋਲ ਕੀਤਾ, ਫਾਇਰ ਬ੍ਰਿਗੇਡ ਤੋਂ ਗੱਡੀਆਂ ਬੁਲਾਈਆਂ ਅਤੇ ਹੈਲਪ ਕੀਤੀ ਆ ਫਾਇਰ ਬ੍ਰਿਗੇਡ ਦੀ, ਸਿਵਲ ਪ੍ਰਸ਼ਾਸਨ ਦੇ ਨਾਲ ਹੋ ਕੇ। ਥੈਂਕ ਯੂ। ਜਗਜੀਤ ਸਿੰਘ, ਫਾਇਰ ਅਫਸਰ, ਮੰਡੀ ਗੋਬਿੰਦਗੜ੍ਹ। ਸਰ, ਕਿਸ ਤਰ੍ਹਾਂ ਹੋਇਆ ਸੀ ਹਾਦਸਾ, ਕਿਸ ਤਰ੍ਹਾਂ? ਇਹ ਹਜੇ ਤੱਕ ਕੁਛ ਨਹੀਂ ਪਤਾ ਲੱਗਿਆ ਜੀ ਹਾਦਸਾ ਕਿਸ ਤਰ੍ਹਾਂ ਵਾਪਰਿਆ ਹੈ। ਸਾਨੂੰ 12:20 ਦੇ ਲਗਭਗ ਕਾਲ ਗਈ, ਪਹਿਲਾਂ ਸਾਨੂੰ ਕਾਲ ਖੰਨੇ ਤੋਂ ਵੀ ਆਈ, ਇਹਨਾਂ ਦੀ ਕਾਲ ਖੰਨੇ 'ਚ ਲੱਗੀ ਹੋਣੀ, ਖੰਨੇ ਨੇ ਸਾਨੂੰ ਕਨਫਰਮ ਕਰਿਆ ਵੀ ਇੱਦਾਂ ਦਾ ਤੁਹਾਡੇ ਫੋਕਲ ਪੁਆਇੰਟ ਦੇ ਨਾਲ ਹੀ ਅੱਗ ਲੱਗੀ, ਅਤੇ ਅਸੀਂ ਆਪਣੀਆਂ ਗੱਡੀਆਂ ਜਦੋਂ ਉਸੇ ਟਾਈਮ ਅਸੀਂ 4 ਗੱਡੀਆਂ ਰਵਾਨਾ ਕਰੀਆਂ। ਉਸ ਤੋਂ ਬਾਅਦ ਜਦੋਂ ਅੱਗ ਵੱਧ ਦੇਖੀ, ਅਸੀਂ ਖੰਨਾ, ਸਮਰਾਲਾ, ਸਰਹੰਦ ਉੱਥੋਂ ਫਾਇਰ ਟੈਂਡਰ ਮੰਗਵਾਏ। ਟੋਟਲ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ? ਟੋਟਲ ਲਗਭਗ 12-13 ਗੱਡੀਆਂ ਦੇ ਲੱਗੇ ਹੁੰਦੇ, ਹਜੇ ਕੰਟਰੋਲ ਹੋ ਗਈ ਜੀ ਲਗਭਗ, ਅਤੇ ਮਾੜਾ ਮੋਟਾ ਟਾਇਰਾਂ ਟੂਰਾਂ ਨੂੰ ਅੱਗ ਹੈਗੇ ਥੱਲੇ, ਉਹਨੂੰ ਅਸੀਂ ਕੰਟਰੋਲ ਕਰ ਰਹੇ ਹਾਂ। ਅੱਗ ਲੱਗਣ ਦਾ ਅਜੇ ਤੱਕ ਕੋਈ ਕਾਰਨ ਨਹੀਂ ਪਤਾ ਲੱਗ ਸਕਿਆ। ਇਹਨਾਂ ਦੇ ਵਿੱਚ ਟੈਂਕਰ ਦਾ ਮਾਲਕ ਖਾਲੀ ਦੱਸ ਰਹੇ ਨੇ, ਬਸ ਥੋੜ੍ਹਾ ਘਣਾ ਇਹਨਾਂ ਦੇ ਵਿੱਚ ਕਾਲਾ ਤੇਲ ਸੀਗਾ ਡਰੰਮ। ਹਾਂਜੀ, ਨਹੀਂ ਜਾਨੀ ਨੁਕਸਾਨ ਕੋਈ ਨਹੀਂ ਪਤਾ ਲੱਗਿਆ, ਨਹੀਂ ਹਜੇ ਤੱਕ ਸਾਨੂੰ ਕੋਈ ਨਹੀਂ ਉਹ ਹੋਇਆ ਕਨਫਰਮ, ਸਾਡੇ ਆਉਣ ਤੋਂ ਪਹਿਲਾਂ ਇਹਨਾਂ ਨੇ ਕੋਈ ਬੰਦਾ ਕੱਢਿਆ ਹੋਵੇ ਜਾਂ ਕੋਈ ਨੁਕਸਾਨ ਹੋਇਆ ਹੋਵੇ, ਇਹਨਾਂ ਨੂੰ ਮਾਲਕਾਂ ਨੂੰ ਪਤਾ ਹੋਊਗਾ, ਇਹਨਾਂ ਨਾਲ ਹਜੇ ਗੱਲਬਾਤ ਸਾਡੀ ਕੋਈ ਨਹੀਂ ਹੋਏਗੀ। ਹਾਂਜੀ, ਹਜੇ ਸਾਨੂੰ ਮਾਲਕਾਂ ਦਾ ਵੀ ਨਹੀਂ ਪਤਾ ਹੈਗਾ ਵੀ ਕੌਣ ਮਾਲਕ ਨੇ ਇਹਦੇ, ਕੌਣ ਨੇ। ਗੱਡੀਆਂ ਸਾਡੀਆਂ 7 ਤਾਂ ਮੌਕੇ 'ਤੇ ਸੀਗੀਆਂ, ਬਾਕੀ ਪਾਣੀ ਪੂਣੀ ਦੇ ਭਰਕੇ ਲਿਆਂਦੇ ਸੀ, 10-12 ਗੱਡੀਆਂ। ਹਾਂਜੀ, ਹਾਂਜੀ ਸਰ, CNG ਪੰਪ ਆ, ਜੇ ਨਾ ਮੌਕੇ 'ਤੇ ਕੰਟਰੋਲ ਹੁੰਦਾ ਤਾਂ ਉੱਧਰ ਵੀ ਅੱਗ ਜਾ ਸਕਦੀ ਸੀਗੀ, ਬਹੁਤ ਵੱਡਾ ਹਾਦਸਾ ਹੋਣਾ ਸੀਗਾ ਮੰਡੀ ਗੋਬਿੰਦਗੜ੍ਹ ਦੇ ਵਿੱਚ, ਬਹੁਤ ਵੱਡਾ। ਸਾਨੂੰ ਇਹਦੇ ਬਾਰੇ ਹਜੇ ਤੱਕ ਕੋਈ ਪਰਮਿਸ਼ਨ ਨਹੀਂ ਮਿਲੀ ਜੀ ਵੀ ਕੋਈ ਜਾਨੀ ਨੁਕਸਾਨ ਬਾਰੇ। ਹਾਂਜੀ, ਹੁਣ ਬਾਅਦ 'ਚ ਪਤਾ ਲੱਗੂਗਾ।